ग्रीनमैन वजो जाने जाते रोहित मेहरा हुण तक देश भर च 75 तो वध जंगल लगा चुके ने। एक जंगल दे विच 600 तो 700 बूटे हुंदे ने, जिस मुताबक हुण तक वो 8 लाख तो वध बूटे देश दे कोने कोने च लगा चुके ने। रोहित मेहरा लुधियाना कर विभाग दे विच बतौर ज्वाइंट डायरेक्टर तैनात हन। बावजूद उस दे वातावरण लई उन्हां दा प्यार उन्हां दे काम दे आड़े कदे नहीं आया। ग्रीनमैन रोहित मेहरा बीते 4 साल तो यही काम कर रहे ने। पंजाब दे लगभग हर जिले तो इलावा कलकत्ता, सूरत, बड़ौदा, दिल्ली अते मुंबई समेत कई सूबियां च ओ मिनी जंगल लगा चुके ने। आओ जानदे हां रोहित दे इस मिथे होए टिच्चे बारे ओ की कहंदे हन। असीं पंचवटियां लगाईआं, पंचवटियां दे विच 5 पेड़ ने। नॉर्थ दे विच बिल लगाना, साउथ च आमला, साउथ ईस्ट अशोका, ईस्ट च बरगद, वैस्ट पिपल। फिर असीं त्रिवेणियां लगाईआं, साडे पिंडां दे विच त्रिवेणी बड़ी कॉमन है, नीम, पिपल, बोल। फिर असी हरी शंकरी लगाई जिहदे च नीम, पिपल, पलाश ए लगाए। असी नानक वन लगाए, काफ़ी डिफरेंट नक्षत्र वन लगाए, विच 9 नक्षत्रा दे हिसाब नाल जिहड़े पेड़ लगाए। धार्मिक महत्वता तो इलावा यह इंडिया दे बेसिक नेटिव नैचुरल ओरिजिनल ते एंशिएंट पेड़ है। जिसकी बाहरली वरायटी लाइए सिर्फ डेकोरेटिव हो सकती है, पर वो सेल्फ सस्टेनिंग नहीं हो सकती। ਤੁਸੀਂ ਦੇਖਿਆ ਕਿ ਜਿਹੜਾ ਅਸੀਂ ਜੰਗਲ ਬਣਾਇਆ ਇਹ 7 ਮਹੀਨਿਆਂ ਦੇ ਵਿੱਚ 10 ਫੁੱਟ ਹੋ ਗਿਆ। ਅਤੇ ਜੇ ਤੁਸੀਂ ਇਹਨੂੰ ਅੱਜ ਤੋਂ 3-4 ਮਹੀਨੇ ਬਾਅਦ ਦੇਖੋਗੇ ਜਾਂ ਜਦੋਂ ਫਿਰ ਦੁਬਾਰਾ ਇਹਦਾ ਸੀਜ਼ਨ ਆਏਗਾ ਮਈ ਜੂਨ ਦੇ ਵਿੱਚ, ਇਟ ਵਿਲ ਬੀ ਕਲੋਜ਼ ਟੂ 18-19 ਫਿੱਟ। ਅਸੀਂ 3-3 ਫੁੱਟ ਦੀ ਦੂਰੀ 'ਤੇ ਪੇੜ ਲਗਾਈਦਾ, ਜਿਹਦਾ ਪ੍ਰਾਈਮ ਪਰਪਸ ਕੀ ਹੈ ਕਿ ਇੱਕ ਪੇੜ ਨੂੰ ਜੋ ਚਾਹੀਦਾ ਹੁੰਦਾ ਦੂਜਾ ਪੇੜ ਦਿੰਦਾ, ਕਿਉਂਕਿ ਪੇੜ ਇੱਕ ਫੈਮਲੀ ਹੀ ਹੈ, ਜੁਆਇੰਟ ਫੈਮਲੀ ਆ। ਜੋ ਜੇ ਨਿੰਮ ਨੂੰ ਚਾਹੀਦਾ ਉਹ ਬਰਗਰ ਦੇ ਦਿੰਦਾ, ਬਰਗਰ ਨੂੰ ਚਾਹੀਦਾ ਪਲਾਸ ਦੇ ਦਿੰਦਾ, ਪਲਾਸ ਨੂੰ ਚਾਹੀਦਾ ਉਹ ਤਰੀਕ ਦੇ ਦਿੰਦਾ ਵਾ। ਅਤੇ ਵਰਾਇਟੀ, ਬਾਇਓਡਾਇਵਰਸਿਟੀ ਦੀ ਵਰਾਇਟੀ ਹੋ ਜਾਂਦੀ ਹੈ। ਜਿਹੜਾ ਵਿਕਸ਼ ਆਯੁਰਵੇਦ ਹੈ ਉਹਦੇ ਅਨੁਸਾਰ ਉਹਦੀ ਜੇ ਮਤਲਬ ਉਹਦੀ ਰੇਟਿੰਗ ਕੀਤੀ ਜਾਵੇ ਤਾਂ 10 ਗੁਣਾ ਜ਼ਿਆਦਾ ਫਾਸਟਰ ਜੰਗਲ ਬਣਦਾ। 300 ਦੇ ਕੋਲ ਜੰਗਲ ਲਗਾਉਣੇ ਆ ਕਿ ਜਿਹੜੇ ਕਿ ਬੁੱਢੇ ਨਾਲੇ ਦੇ ਆਸ ਪਾਸ ਜਿਹੜਾ ਬਿਲਕੁਲ ਏਰੀਆ ਅਲੋਂਗ ਸਾਈਡ ਦਾ ਬੈਂਕ ਹੈਗਾ, ਉੱਥੇ ਅਸੀਂ 300 ਜੰਗਲ ਲਗਾਉਣੇ ਆ। ਪਰ ਚ ਅਸੀਂ 700-800 ਤੱਕ ਵੀ ਪਲਾਨ ਲਗਾਵਾਂਗੇ। ਫੁੱਲ ਵਿਦਿਨ 6-7 ਮੰਥ ਦੇ ਵਿੱਚ ਉਹਨੇ ਕਿ ਜ਼ਿਆਦਾ ਫਲਰਿਸ਼ ਕਰਨਗੇ ਕਿ ਸਾਡੀ ਹਵਾ ਦਾ ਜਿਹੜਾ ਰੁੱਖ ਹੈ ਉਹ ਸਾਰਾ ਚੇਂਜ ਹੋ ਜਾਏਗਾ। ਰੋਹਿਤ ਵਰਗੇ ਅਫਸਰ ਆਪਣੇ ਰੁਝਾਵੇਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਵਾਤਾਵਰਣ ਲਈ ਆਪਣਾ ਪ੍ਰੇਮ ਭਾਵ ਦਿਖਾਉਂਦੇ ਨੇ। ਉਸ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਦਿਨ ਰਾਤ ਯਤਨ ਕਰ ਰਹੇ ਨੇ। ਜਿਹੜਾ ਸਾਡਾ ਅਸਤਿਤਵ ਹੈ, ਜਿਹੜਾ ਸਾਡੀ ਹੋਂਦ ਹੈ, ਐਗਜਿਸਟੈਂਸ ਹੈ, ਉਹ ਪਲਾਂਟਸ ਦੇ ਨਾਲ ਹੀ ਆ। ਜੇ ਇਹ ਨਹੀਂ ਰਹਿਣਗੇ ਤਾਂ ਅਸੀਂ ਨਹੀਂ ਰਵਾਂਗੇ। ਜੇ ਤੁਸੀਂ ਇੱਕ ਘੰਟੇ ਦੀ ਆਕਸੀਜਨ ਲਾਓ ਤਾਂ ਤੁਹਾਨੂੰ 5-7 ਹਜ਼ਾਰ ਰੁਪਏ ਦਾ ਖਰਚਾ ਪੈ ਜਾਂਦਾ। ਇਹ ਫਰੀ ਆਫ ਕੋਸਟ ਨੇਚਰ ਨੇ ਦਿੱਤੀ ਹੈ। ਜੇ ਤੁਸੀਂ ਇਹਨੂੰ ਨਹੀਂ ਸੰਭਾਲ ਪਾਓਗੇ ਤਾਂ ਸਾਡਾ ਜਿਹੜਾ ਫਿਊਚਰ ਅੱਗੇ ਆਉਣਾ ਸਾਨੂੰ ਮੁਸ਼ਕਿਲ ਹੋਏਗੀ। ਅਤੇ ਇਹ ਇੱਕ ਮੇਰੀ ਅਪੀਲ ਹੈਗੀ ਕਿ ਜਿੰਨੇ ਜ਼ਿਆਦਾ ਪਲਾਂਟ ਹੋ ਸਕਦੇ ਲਗਾਓ। ਦੇਸ਼ ਨੂੰ ਹਰਿਆ ਭਰਿਆ ਬਣਾਉਣ ਲਈ ਰੋਹਿਤ ਨੇ 1000 ਜੰਗਲ ਲਗਾਉਣ ਦਾ ਟਿੱਚਾ ਮਿੱਥਿਆ ਹੈ। ਰੋਹਿਤ ਆਪਣੇ ਜਜ਼ਬੇ ਕਾਰਨ ਪੰਜਾਬ ਭਰ 'ਚ ਮਸ਼ਹੂਰ ਹਨ। ਇੱਕ ਉੱਚ ਅਹੁਦੇ ਉੱਤੇ ਤੈਨਾਤ ਹੋਣ ਦੇ ਬਾਵਜੂਦ ਉਹਨਾਂ ਦਾ ਕੁਦਰਤ ਪ੍ਰਤੀ ਇਹ ਪ੍ਰੇਮ ਵੇਖਦਿਆਂ ਹੀ ਬਣਦਾ ਹੈ। ਲੁਧਿਆਣਾ ਤੋਂ ਵਰਿੰਦਰ ਸਿੰਘ ਦੀ ਰਿਪੋਰਟ, ETV ਭਾਰਤ। To watch 24/7 News Live, download ETV Bharat app.